नमस्कार दोस्तों, मैं जतिन सिंगला मुड़ तो स्वागत करदा तुहाडा बालाजी एजुकेशन पॉइंट दे प्राइवेट चैनल। दोस्तों जिवें कि तुहानू पता है भी अपने कोले पंजाब पुलिस कॉन्सटेबल, पंजाब पुलिस कॉन्सटेबल की जिहड़ी रिक्रूटमेंट है लगभग 1800 पोस्टा की, उहदा पीडीएफ जो है अजकल ग्रुप दे विच सर्कुलेट होना शुरू हो गया। 1800 पोस्टा जिहड़ियां इह कॉन्सटेबल दीआं आणियां ने उहदे विच डिस्ट्रिक्ट कैडर दीआं वी ने, आर्मड कैडर दीआं वी ने, ते नॉर्मल पुलिस कॉन्सटेबल दीआं वी पोस्टां ने। ठीक है, तां बालाजी एजुकेशन पॉइंट पंजाब पुलिस कॉन्सटेबल वास्ते शुरू करन जा रहा है लाइव क्लासिज। लाइव क्लासिज तुसीं घर बैठे साडी एप्लीकेशन दे थ्रू लगा सकदे हो। कोर्स बारे तुहानूं मैं पूरी जानकारी दूंगा। इस तों इलावा जे तुसीं साडे डिस्ट्रिक्ट संगरूर दे विच किते रहिंदे हो, संगरूर पहुंच सकदे हो, तो तुसी साडा ऑफलाइन बैच भी लगा सकते हो। ठीक है, लगभग पिछले 7 साल तो बालाजी एजुकेशन पॉइंट जिहड़ा ऑनलाइन ऑफलाइन सर्विस दे रहा है। आओ इहदी पूरी जानकारी लैने आ। अगे वधण तो पहला मैं तुहानूं दसदा कि जे थोड़ी कोई इनकुआरी है कोर्स बारे तुसी इन्हां दित्ते हुए नंबरां दे उत्ते कॉन्टैक्ट कर सकते हो। 7009528208 9646810103। हैलो, दिस वीडियो इज प्रेजेंटेड बाय मी, माय नेम इज जतिन सिंगला। चलिए जी, की इस कोर्स दे विच रहना है। सब तो पहली चीज, थोनू लाइव क्लास मिलूगी डेली 2.5 से 3 घंटे दी, 3 आवर्स दी डेली थोनू लाइव क्लास मिलूगी। जे तुसी लाइव नहीं अटेंड कर पांदे, कई बच्चे जिहड़े हुंदे ने वर्किंग हुंदे ने, है ना, तां तुहानू रिकॉर्डड भी नाल दी नाल मिलूगा, तुसी उहनू चाहे 50 वारी कंटिन्यू देख लो। क्लियर है, 1-to-1 परसनल इंटरैक्शन होएगी। हुण कई बच्चे हुंदे ने जिन्हां दी इंग्लिश कमजोर हुंदी है, कई बच्चे हुंदे ने जिन्हां दा मैथ कमजोर हुंदा है, ਉਹਨਾਂ ਵਾਸਤੇ ਅਸੀਂ ਵੀਕਐਂਡ ਦੇ ਉੱਤੇ ਸਪੈਸ਼ਲ 1-to-1 ਜਿਹੜਾ ਹੈ ਆਪਾਂ ਸੈਸ਼ਨ ਲਗਾਇਆ ਕਰਾਂਗੇ, ਬੱਚੇ ਨਾਲ ਗੱਲ ਕਰਿਆ ਕਰਾਂਗੇ। ਫੋਨ ਤੇ ਹੋ ਸਕਦਾ ਹੈ, ਵੀਡੀਓ ਕਾਲ ਤੇ ਹੋ ਸਕਦਾ ਹੈ, ਜ਼ੂਮ ਤੇ ਹੋ ਸਕਦਾ ਹੈ, ਜਾਂ ਲਾਈਵ ਕਲਾਸ 'ਚ ਹੋ ਸਕਦਾ ਹੈ, ਕਿ ਬੱਚੇ ਦੇ ਬੇਸ ਦੇ ਵਿੱਚ ਕਮੀ ਕਿਉਂ ਹੈ ਉਹਦੇ ਉੱਤੇ ਆਪਾਂ ਵਰਕ ਕਰਾਂਗੇ। ਲਗਭਗ 9 ਸਾਲ ਦਾ ਮੈਨੂੰ ਟੀਚਿੰਗ ਐਕਸਪੀਰੀਅੰਸ ਹੈ, ਤੇ ਮੇਰੀ ਨਿਗਰਾਨੀ ਦੇ ਵਿੱਚ ਹੀ ਬਾਲਾਜੀ ਐਜੂਕੇਸ਼ਨ ਪੁਆਇੰਟ ਇਸ ਪੂਰੇ ਕੋਰਸ ਨੂੰ ਕੰਡਕਟ ਕਰੂਗਾ। 100 ਤੋਂ ਜ਼ਿਆਦਾ ਕੁਇਜ਼ ਦਿੱਤੇ ਜਾਣਗੇ ਤੁਹਾਨੂੰ। ਜਿਵੇਂ ਮੰਨ ਲਓ ਤੁਹਾਡਾ ਮੈਥ ਦਾ ਕੋਈ ਚੈਪਟਰ ਹੋ ਗਿਆ, ਅਸਾਈਨਮੈਂਟ ਤਾਂ ਤੁਹਾਨੂੰ ਮਿਲੂਗੀ ਮਿਲੂਗੀ। ਅਸਾਈਨਮੈਂਟ ਤੁਹਾਨੂੰ ਇੰਗਲਿਸ਼ 'ਚ ਵੀ ਮਿਲੂਗੀ, ਪੰਜਾਬੀ 'ਚ ਵੀ ਮਿਲੂਗੀ, ਉਹ ਤਾਂ ਸੈਪਰੇਟ ਚੀਜ਼ ਹੈ, ਪੀਡੀਐਫ ਆਊਗਾ ਹੀ ਆਊਗਾ, ਪਲੱਸ ਤੁਹਾਨੂੰ ਕੁਇਜ਼ ਮਿਲੂਗਾ। ਕਿਉਂਕਿ ਪਿਛਲੀ ਵਾਰ ਪੰਜਾਬ ਪੁਲਿਸ ਦਾ ਜਿਹੜਾ ਕਾਂਸਟੇਬਲ ਦਾ ਪੇਪਰ ਹੋਇਆ ਸੀ ਉਹ TCS ਨੇ ਲਿੱਤਾ ਸੀ, ਆਨਲਾਈਨ ਪੇਪਰ ਹੋਇਆ ਸੀਗਾ ਉਹਦਾ ਕੰਪਿਊਟਰ ਤੇ, ਹੈ ਨਾ, ਤਾਂ CBDT ਯਾਨੀ ਕਿ ਕੰਪਿਊਟਰ ਬੇਸਡ ਟੈਸਟ ਸੀਗਾ। ਤਾਂ ਅਸੀਂ ਇਸ ਤਰੀਕੇ ਨਾਲ ਕੁਇਜ਼ ਤਿਆਰ ਕੀਤੇ ਨੇ ਜਿਹਦੇ ਵਿੱਚ ਪ੍ਰੋਪਰ ਮੰਨ ਲਓ ਤੁਸੀਂ ਮੈਥ ਦਾ ਐਵਰੇਜ ਚੈਪਟਰ ਕਰ ਲਿਆ, ਐਵਰੇਜ ਦੇ ਤੁਹਾਨੂੰ 20-25 ਕੁਐਸਚਨ ਦਾ ਇੱਕ ਕੁਇਜ਼ ਮਿਲੂਗਾ ਜਿਹਦੇ ਵਿੱਚ ਪ੍ਰੋਪਰ ਟਾਈਮ ਲੱਗਿਆ ਹੋਊਗਾ, ਤਾਂ ਕਿ ਤੁਸੀਂ ਆਪਦੇ ਆਪ ਨੂੰ ਉਸੇ ਇਨਵਾਇਰਨਮੈਂਟ ਦੇ ਵਿੱਚ ਢਾਲ ਸਕੋ ਜਿਸ ਇਨਵਾਇਰਨਮੈਂਟ ਦੇ ਵਿੱਚ ਆਨਲਾਈਨ ਪੇਪਰ ਹੁੰਦਾ ਹੈ। ਠੀਕ ਹੈ, ਲਗਭਗ ਸਾਰੇ ਸਬਜੈਕਟਾਂ ਦੇ ਮਿਲਾ ਕੇ ਉਰੇ ਅਸੀਂ 100+ ਕਹਿ ਰਹੇ ਹਾਂ, 150 ਤੋਂ ਜ਼ਿਆਦਾ ਕੁਇਜ਼ ਹੋਣਗੇ। ਉਦਾਹਰਨ ਦੇ ਤੌਰ ਤੇ ਪਿਛਲੇ 1 ਸਾਲ ਦਾ ਪੂਰੇ ਇੰਡੀਆ ਦਾ ਕਰੰਟ ਅਫੇਅਰ, ਜਿੰਨੇ ਵੀ ਮੇਨ ਟੌਪਿਕ ਹੋਏ ਨੇ, ਜਿਵੇਂ ਇੰਡੀਆ 'ਚ G20 ਹੋ ਕੇ ਗਈ ਹੈ, ਹੈ ਨਾ, ਜਾਂ IPL ਹੋ ਗਿਆ, ਇਸਰੋ ਨੇ ਮੇਨ ਚੀਜ਼ਾਂ ਕੀ ਲਾਂਚ ਕੀਤੀਆਂ ਨੇ, ਠੀਕ ਹੈ, ਜਾਂ ਜਿੰਨੀਆਂ ਵੀ ਮਤਲਬ ਆਸਕਰ ਅਵਾਰਡ ਹੋ ਗਿਆ, ਆਈਫਾ ਅਵਾਰਡ ਹੋ ਗਿਆ, ਜਿੰਨੇ ਵੀ ਅਵਾਰਡਸ ਨੇ, ਇਹਦੇ ਨਾਲ ਅਸੀਂ ਲਗਭਗ 30-30, 40-40 ਕੁਇਜ਼ ਬਣਾ ਰੱਖੇ ਨੇ ਕਰੰਟ ਅਫੇਅਰ ਦੇ। ਠੀਕ ਹੈ, 1 ਸਾਲ ਦਾ ਪੂਰਾ ਕਰੰਟ ਅਫੇਅਰ ਤੁਹਾਨੂੰ ਕਵਰ ਕਰਾਇਆ ਜਾਊਗਾ, ਆਈ ਮੈਥ ਦਾ, ਆਈ ਰੀਜ਼ਨਿੰਗ ਦਾ, ਆਈ GK ਦਾ, ਆਈ ਇੰਗਲਿਸ਼ ਦਾ ਤੇ ਆਈ ਪੰਜਾਬੀ ਦਾ। ਇਸ ਤੋਂ ਇਲਾਵਾ ਜੇ ਤੁਹਾਡਾ ਸਿਲੇਬਸ ਕੰਪਲੀਟ ਹੋ ਗਿਆ, ਤੁਹਾਨੂੰ ਕੰਪਲੀਟ 10 ਮਾਰਕਸ ਮਿਲਣਗੇ। ਠੀਕ ਹੈ, ਜਿਹਦੇ ਵਿੱਚ ਪ੍ਰੋਪਰ ਤੁਹਾਡੇ ਮਤਲਬ ਸੈਲਫ ਟੈਸਟ ਵਾਸਤੇ ਇਹ ਕੰਪਲੀਟ ਮਾਰਕ ਹੋਣਗੇ ਜਿਵੇਂ ਓਰੀਜਨਲ ਪੇਪਰ ਹੁੰਦਾ ਹੈ। 6 ਤੋਂ 8 ਮਹੀਨਿਆਂ ਦੀ ਇਹਦੀ ਵੈਲਿਡਿਟੀ ਹੈ, 6-to-8 month ਦੀ ਤੁਹਾਡੀ ਇਹ ਕੋਰਸ ਦੀ ਕੀ ਰਹੂਗੀ ਵੈਲਿਡਿਟੀ ਰਹੂ। ਹੁਣ ਪਿਛਲੀ ਵਾਰ 2021-22 ਦੇ ਵਿੱਚ ਜਿਹੜਾ ਪੰਜਾਬ ਪੁਲਿਸ ਦਾ ਪੇਪਰ ਹੋਇਆ ਸੀਗਾ, ਉਸ ਪੇਪਰ ਦੇ ਵਿੱਚ ਸ਼ਿਫਟ ਦੇ ਵਿੱਚ ਲਗਭਗ 50 ਦੇ ਕਰੀਬ ਸ਼ਿਫਟਾਂ ਸੀ ਜਦ ਇਹ ਕਾਂਸਟੇਬਲ ਦਾ ਪੇਪਰ ਹੋਇਆ, ਤਾਂ ਅਸੀਂ ਉਹਨਾਂ 50 ਸ਼ਿਫਟਾਂ 'ਚੋਂ 8 ਤੋਂ 10 ਸ਼ਿਫਟਾਂ ਹੈ ਜੀਆਂ ਕੱਢੀਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਪੁਲਿਸ ਦਾ ਪੇਪਰ ਸਭ ਤੋਂ ਜ਼ਿਆਦਾ ਟਫ ਆਇਆ ਸੀ, ਔਖਾ ਆਇਆ ਸੀ। ਤਾਂ ਉਹ ਜਿਹੜੀ ਸਭ ਤੋਂ ਟਫ ਸ਼ਿਫਟਾਂ ਵਾਲੇ ਪੇਪਰ ਨੇ ਉਹ ਤੁਹਾਨੂੰ ਆਪ ਅਸੀਂ ਲਾਈਵ ਕਲਾਸ ਦੇ ਵਿੱਚ ਪ੍ਰੀਵੀਅਸ ਈਅਰ ਪੇਪਰ ਪੂਰੇ ਦੇ ਪੂਰੇ ਅਸੀਂ ਸੋਲਵ ਕਰਵਾਵਾਂਗੇ। ਕਲੀਅਰ ਹੈ ਜੀ। ਇਸ ਤੋਂ ਇਲਾਵਾ ਜੇ ਤੁਸੀਂ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ 15 ਕੁ ਦਿਨਾਂ ਬਾਅਦ ਸਾਡੇ ਨਾਲ ਫੋਨ ਤੇ ਕੰਸਲਟ ਕਰਕੇ ਆਫਲਾਈਨ ਵੀ ਸਾਡੇ ਕੋਲੇ ਡਾਊਟ ਪੁੱਛਣ ਆ ਸਕਦੇ ਹੋ। ਚਾਹੇ ਤੁਸੀਂ ਬੈਚ ਆਨਲਾਈਨ ਲਿੱਤਾ ਤਾਂ ਤੁਸੀਂ ਆਫਲਾਈਨ ਵੀ ਸਾਡੇ ਕੋਲੇ ਬੈਚ ਪੁੱਛਣ ਆ ਸਕਦੇ ਹੋ। ਹਰ ਇੱਕ ਚੀਜ਼ ਦੋਨੋਂ ਭਾਸ਼ਾ 'ਚ ਰਹੂ, ਇੰਗਲਿਸ਼ ਅਤੇ ਪੰਜਾਬੀ, ਕੋਈ PDF ਹੈ, ਕੋਈ ਕੁਇਜ਼ ਹੈ, ਬਾਈਲੈਂਗੁਅਲ ਰਹੂਗਾ। ਪਹਿਲੇ 50 ਸਟੂਡੈਂਟ ਵਾਸਤੇ, ਪਹਿਲੇ 50 ਸਟੂਡੈਂਟਸ ਵਾਸਤੇ ਫੀਸ ਹੈ ਜਿਹੜੀ 1499 ਰੁਪਏ ਹੈ, ਪਹਿਲੇ 50 ਸਟੂਡੈਂਟ ਵਾਸਤੇ, ਜਿਹ 'ਚ ਮੌਕ ਟੈਸਟ, ਕੁਇਜ਼, 1 ਸਾਲ ਦਾ ਕਰੰਟ ਅਫੇਅਰ, PDF, MCQs ਸਭ ਹੋਏਗਾ, ਲਾਈਵ ਕਲਾਸਿਜ, ਰਿਕਾਰਡਡ ਕਲਾਸਿਜ,
इवन की जेड़ा पंजाबी दा पेपर ए है क्वालीफाई वो भी कवर कराया जाऊगा। पंजाबी दा पेपर ए है जेड़ा क्वालीफाइड वो भी कवर होगा। प्लस ए पेपर दे असी लगभग 25 तो 30 मॉक बनाए ने, क्योंकि जेड़ा क्वालीफाई पेपर होंदा ना उहदे 50 क्वेश्चन होंदे ने, उच्चों 25 नंबर लेने होंदे ने जे तुहानू पता होवे। ठीक है तो जेड़ा क्वालीफाई होगा इहदे 25 दे मॉक तुहानू देवांगे, यानी कि 25 गुणा 50 कर लो इन्ने क्वेश्चन तुहानू क्वालीफाई दे प्रैक्टिस वास्ते असी जरूर देवांगे। ਤਾਂ ਦੋਸਤੋ ਪੂਰਾ ਪੂਰਾ ਸਾਡੀ 5 to 6 ਟੀਚਰਾਂ ਦੀ ਟੀਮ ਹੈ। ਠੀਕ ਹੈ ਮੈਂ ਖੁਦ ਜੀ ਕੇ ਪੜ੍ਹਾਊਂਗਾ, ਕਰੰਟ ਅਫੇਅਰ ਪੜ੍ਹਾਊਂਗਾ, ਕੰਪਿਊਟਰ ਦਾ ਸੈਪਰੇਟ ਟੀਚਰ ਹੈ, ਇੰਗਲਿਸ਼ ਦਾ ਸੈਪਰੇਟ ਟੀਚਰ ਹੈ, ਮੈਥ ਰੀਜ਼ਨਿੰਗ ਦਾ ਇੱਕ ਸੈਪਰੇਟ ਟੀਚਰ ਹੈ, ਕਲੀਅਰ, ਤੇ ਪੂਰੇ ਡਾਊਟ ਸੈਸ਼ਨ ਦਾ, ਪ੍ਰੀਵੀਅਸ ਈਅਰ ਪੇਪਰ ਸੋਲੂਸ਼ਨ ਦਾ ਇੱਕ ਸੈਪਰੇਟ ਟੀਚਰ ਹੈ। 5 to 6 ਟੀਚਰਾਂ ਦੀ ਟੀਮ ਹੈ ਜਿਹੜੀ ਉਹ ਤੁਹਾਡੇ ਕੋਲੇ ਰਹਿਣ ਵਾਲੀ ਹੈ। ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇੱਕ ਵਟਸਐਪ ਗਰੁੱਪ ਦਾ ਲਿੰਕ ਵੀ ਮਿਲੂਗਾ। ਠੀਕ ਹੈ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ। ਸਪੈਸ਼ਲੀ ਅਸੀਂ 2024 ਦੇ ਪੰਜਾਬ ਪੁਲਿਸ ਕਾਂਸਟੇਬਲ ਦੇ ਬੱਚਿਆਂ ਵਾਸਤੇ ਬਣਾਇਆ। ਇਸ ਤੋਂ ਇਲਾਵਾ ਤੁਹਾਡੀ ਕੋਈ ਵੀ ਡਾਊਟ ਹੈ ਪਿਆਰੇ ਬੱਚੋ, ਤੁਸੀਂ ਇਹਨਾਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਹੋ। ਬਾਲਾਜੀ ਐਜੂਕੇਸ਼ਨ ਪੁਆਇੰਟ ਇਨਕਲੂਡਿਡ ਮੀ ਜਤਿਨ ਸਿੰਗਲਾ ਦਾ ਤੁਹਾਨੂੰ ਵਾਅਦਾ ਹੈ ਵੀ ਅਸੀਂ ਤੁਹਾਡੀ ਪੇਪਰ ਦੀ ਪ੍ਰੈਪਰੇਸ਼ਨ 'ਚ ਕੋਈ ਕਮੀ ਨਹੀਂ ਛੱਡਾਂਗੇ। ਕਮੀ ਰਹੂਗੀ ਤਾਂ ਤੁਹਾਡੇ ਵੱਲੋਂ ਰਹੂਗੀ, ਅਸੀਂ ਤੁਹਾਨੂੰ ਇੱਕ ਪੈਸੇ ਦੀ ਵੀ ਕਮੀ ਨਹੀਂ ਛੱਡਾਂਗੇ। ਠੀਕ ਹੈ ਪੂਰੇ ਸਾਡੇ 100% ਐਫਰਟਸ ਤੁਹਾਡੇ ਨਾਲ ਹੋਣਗੇ। ਹੁਣ ਕਈ ਸੋਚਦੇ ਨੇ ਵੀ ਪੇਪਰ ਦਾ ਨੋਟੀਫਿਕੇਸ਼ਨ ਆਉਣ ਤੋਂ ਬਾਅਦ 28 ਤਰੀਕ ਤੋਂ ਬਾਅਦ ਜਦ ਪੇਪਰ ਭਰਨਾ ਸ਼ੁਰੂ ਹੋਊਗਾ ਫਿਰ ਅਸੀਂ ਕਰਾਂਗੇ। ਨਹੀਂ ਗਲਤ ਹੈ ਬੱਚੋ, ਘੱਟੋ ਘੱਟ ਆਪਾਂ 6 ਮਹੀਨਿਆਂ ਦੇ ਵਿੱਚ 2 ਵਾਰੀ ਸਿਲੇਬਸ ਨਿਬੇੜਦੇ ਨੇ। 3 to 3.5 ਮਹੀਨੇ ਲੱਗਦੇ ਨੇ ਨਾਰਮਲੀ ਇੱਕ ਵਾਰੀ ਸਿਲੇਬਸ ਕੰਪਲੀਟ ਕਰਨ ਨੂੰ। 6 to 7 ਮਹੀਨਿਆਂ 'ਚ 2 ਵਾਰੀ ਆਪਾਂ ਤੁਹਾਡਾ ਸਿਲੇਬਸ ਨਿਬੇੜ ਦਾਂਗੇ ਤਾਂ ਕਿ ਤੁਸੀਂ ਐਨ ਟਿੱਟ ਫੁੱਟ ਟੈਟ ਹੋ ਜਾਓ, ਐਨ ਪੱਕੇ ਹੋ ਜਾਓ। ਠੀਕ ਹੈ ਜੀ। ਤਾਂ ਜਿੰਨੀ ਵੀ ਮੇਰੀ ਸਮਝ ਸੀ ਮੈਂ ਤੁਹਾਨੂੰ ਹਰ ਇੱਕ ਚੀਜ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਫਿਰ ਵੀ ਕੋਈ ਗੱਲਬਾਤ ਗਲਤ ਲੱਗੀ ਹੋਵੇ ਤਾਂ ਮੈਂ ਸ਼ਮਾ ਦਾ ਪ੍ਰਾਰਥੀ ਹਾਂ। ਥੈਂਕ ਯੂ ਸੋ ਮਚ।